ਤਾਹਾਂ ਸਾਹਿਤ ਇਨਾਮ ਕੈਨੇਡਾ ਅਤੇ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਕਰਵਾਏ ਗਏ ਵਿਚਾਰ ਵਟਾਂਦਰੇ ਦੌਰਾਨ ਪੰਜਾਬ ਦੇ ਉੱਘੇ ਸਾਹਿਤਕਾਰਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨੇ ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਮੌਜੂਦਾ ਸਿਆਸੀ, ਧਾਰਮਿਕ ਅਤੇ ਸਮਾਜਿਕ ਸਰੋਕਾਰਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਇਹਨਾਂ ਦੇ ਹੱਲ ਲਈ ਸਮੂਹਿਕ ਅਤੇ ਸੰਜੀਦਾ ਯਤਨਾਂ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਉੱਘੇ ਸਾਹਿਤਕਾਰ ਜਤਿੰਦਰ ਹਾਂਸ ਅਤੇ ਗੁਰਦੇਵ ਸਿੰਘ ਰੁਪਾਣਾ ਸਮੇਤ ਲਾਹੌਰ ਦੇ ਸਾਹਿਤਕਾਰ ਮਦਾਸਰ ਬਸ਼ੀਰ ਨੂੰ ਵਿਸ਼ੇਸ਼ ਤੌਰ 'ਤੇ ਢਾਹਾਂ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਵੱਲੋਂ ਬਰਜਿੰਦਰ ਸਿੰਘ ਢਾਹਾਂ ਨੂੰ ਉਹਨਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਅਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਇਸ ਸਮੇਂ ਪੰਜਾਬ ਡੂੰਘੇ ਸਿਆਸੀ, ਸਮਾਜਿਕ ਅਤੇ ਆਰਥਿਕ ਸੰਕਟ ਦਾ ਸ਼ਿਕਾਰ ਹੈ ਅਤੇ ਸੂਬੇ ਦੀ ਜਵਾਨੀ ਅਤੇ ਕਿਸਾਨੀ ਤਬਾਹੀ ਦੀ ਰਾਹ 'ਤੇ ਪਈ ਹੈ। ਅੱਜ ਦੀ ਸਥਿਤੀ ਜਿਹੜੀ ਇਹ ਹੈ, ਜਦੋਂ ਹੁਣ ਅਸੀਂ ਇਸ ਹਾਲ 'ਚ ਬੈਠ ਕੇ ਪੰਜਾਬੀ ਜ਼ਬਾਨ ਦੀ ਚਿੰਤਾ, ਪੰਜਾਬੀ ਸਾਹਿਤ ਦੀ ਗੱਲ ਕਰ ਰਹੇ ਹਾਂ ਤਾਂ ਇਹ ਪੰਜਾਬ ਉਜੜ ਰਿਹਾ। ਆਜ਼ਾਦੀ ਤੋਂ ਬਾਅਦ ਥੋੜ੍ਹੇ ਦਹਾਕਿਆਂ 'ਚ ਜਿਹੜਾ ਥੋੜ੍ਹਾ ਬਹੁਤਾ ਪੰਜਾਬੀ ਸਾਹਿਤ, ਪੰਜਾਬੀ ਜ਼ਬਾਨ ਦਾ ਵਿਕਾਸ ਹੋਇਆ ਸੀ, ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਪੰਜਾਬੀ ਸਬਜੈਕਟ ਵੀ ਰੱਖਦੇ ਸੀ, MA ਵੀ ਪੰਜਾਬੀ ਦੀ ਹੁੰਦੇ ਸੀ, PhD ਵੀ ਜਿਹੜੀਆਂ ਪੰਜਾਬੀ 'ਚ ਹੁੰਦੀਆਂ ਸੀਆਂ, ਔਰ ਉਹਨਾਂ ਨੂੰ ਕੁਛ ਨੌਕਰੀਆਂ ਵੀ ਮਿਲ ਜਾਂਦੀਆਂ ਸੀਆਂ। ਉਹਦੇ ਕਰਕੇ ਜਿਹੜਾ ਪੰਜਾਬੀ ਜ਼ਬਾਨ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਸੀ ਸਾਰਾ 3-4 ਦਹਾਕਿਆਂ ਤੱਕ। ਪਰ ਅੱਜ ਦੀਆਂ ਸਥਿਤੀਆਂ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਟੂਡੈਂਟ ਹੈ ਨਹੀਂ, ਬੱਚੇ ਹੈ ਨਹੀਂ ਗੇ। ਗੈਰ ਸਰਕਾਰੀ ਸਕੂਲਾਂ 'ਚ ਬੱਚੇ ਹੈਗੇ ਆ ਅਤੇ ਉਹਨਾਂ 'ਚ ਸਚੇਤ ਰੂਪ 'ਚ ਜਿਹੜੇ ਗੈਰ ਸਰਕਾਰੀ ਸਕੂਲ ਹੈ, ਭਾਵੇਂ 2008 'ਚ ਅਸੀਂ ਸਾਰਿਆਂ ਨੇ ਰੌਲਾ ਰੱਪਾ ਪਾ ਕੇ ਜਿਹੜਾ ਭਾਸ਼ਾ ਐਕਟ 'ਚ ਸੋਧ ਵੀ ਕਰਵਾਈ ਕਿ 1 ਤੋਂ 10 ਤੱਕ ਪੰਜਾਬੀ ਸਾਰੇ ਸਕੂਲਾਂ 'ਚ ਪੜ੍ਹਾਈ ਜਾਵੇ, ਉਹ ਸੋਧ ਵੀ ਕਰਵਾਈ, ਯਤਨ ਵੀ ਕਰਵਾਏ ਜਿਹੜੇ, ਅਤੇ ਸਿੱਖਿਆ ਪ੍ਰਸ਼ਾਸਨ 'ਚ, ਨਿਆਂ 'ਚ ਪੰਜਾਬੀ ਲਾਗੂ ਕੀਤੀ ਜਾਵੇ, ਇਹ ਵੀ ਐਕਟ ਦੇ ਵਿੱਚ ਸੋਧ ਕਰਵਾਈ। ਪਰ ਇਹਦੇ ਬਾਵਜੂਦ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਆ ਉਹ ਵੱਧ ਤੋਂ ਵੱਧ 3-4 ਸਾਲ ਤੱਕ ਪੰਜਾਬੀ ਪੜ੍ਹਾਉਂਦੇ ਆ, ਉਹ ਤੋਂ ਬਾਅਦ ਕਿਸੇ ਨਾ ਕਿਸੇ ਜ਼ਬਾਨ ਨਾਲ ਆਪਸ਼ਨ ਦੇ ਕੇ ਉਹ ਪੰਜਾਬੀ ਪੜ੍ਹਾਉਣ ਦਾ ਕੰਮ ਬੰਦ ਕਰ ਦਿੰਦੇ ਆ। ਅਤੇ ਇਹ ਅੱਜ ਵੀ ਸਾਰੇ ਜਿਹੜੇ ਬਹੁਤੇ ਗੈਰ ਸਰਕਾਰੀ ਸਕੂਲ ਆ, ਭਾਵੇਂ ਉਹ ਸਿੱਖ ਅਲੀਟ ਵੱਲੋਂ ਚਲਾਇਆ ਜਾ ਰਿਹਾ ਜਾਂ ਹਿੰਦੂ ਅਲੀਟ ਵੱਲੋਂ ਚਲਾਇਆ ਜਾ ਰਿਹਾ, ਚਾਹੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਚਲਾਏ ਜਾ ਰਿਹਾ, ਉਹਨਾਂ 'ਚ ਬਹੁਤਿਆਂ 'ਚ ਪੰਜਾਬੀ ਬੋਲਣ 'ਤੇ ਪਾਬੰਦੀ ਲੱਗੀ ਹੋਈ। ਜਿਹੜੇ ਜੇ ਵਿਦਿਆਰਥੀਆਂ ਨੂੰ ਸਖ਼ਤ ਹਦਾਇਤ ਹੈ ਕਿ ਸਕੂਲ ਦੇ ਵਿੱਚ ਜਾਂ ਹਿੰਦੀ ਬੋਲੋ ਜਾਂ ਅੰਗਰੇਜ਼ੀ ਬੋਲੋ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਤਾਂ ਸਿੱਖਿਆ ਪ੍ਰਸ਼ਾਸਨ ਨਿਆਂ 'ਚ ਪੰਜਾਬੀ ਅਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ। ਰਹੀ ਗੱਲ ਇਹ ਹੈ ਕਿ ਪੰਜਾਬੀ ਜ਼ਬਾਨ ਜਿਹੜੇ ਪੜ੍ਹਨ ਵਾਲੇ ਲੋਕ ਹੈ ਜਾਂ ਵਿਦਿਆਰਥੀ ਹੈ, ਉਹਨਾਂ ਨੂੰ ਪੰਜਾਬ 'ਚ ਜਿਹੜੀਆਂ ਨੌਕਰੀਆਂ ਨਹੀਂ ਮਿਲਦੀਆਂ। ਜੇ ਸਿੱਖਿਆ ਪ੍ਰਸ਼ਾਸਨ ਨਿਆਂ 'ਚ ਪੰਜਾਬੀ ਲਾਗੂ ਨਹੀਂ ਹੈਗੀ ਅਤੇ ਪੰਜਾਬੀ ਪੜ੍ਹਨ ਵਾਲਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਅਤੇ ਫਿਰ ਉਹ ਜਿਹੜੇ ਬੱਚੇ ਆ, ਵਿਦਿਆਰਥੀ ਆ ਜਾਂ ਉਹਨਾਂ ਦੇ ਮਾਪੇ ਆ, ਉਹ ਆਪਣੀ ਜ਼ਬਾਨ ਬੱਚਿਆਂ ਨੂੰ ਕਿਉਂ ਪੜ੍ਹਾਉਣ? ਉਹਨਾਂ ਦੇ ਸਾਹਮਣੇ ਵੱਡਾ ਸਵਾਲ ਇਹ ਆ ਕਿ ਜੇ ਤਾਂ ਜ਼ਬਾਨ ਪੜ੍ਹਨ ਨਾਲ ਇਹ ਰੋਟੀ ਰੋਜ਼ੀ ਕਮਾਉਣ ਦੇ ਸਮਰੱਥ ਹੁੰਦੇ ਆ ਅਤੇ ਇਹਨਾਂ ਨੂੰ ਪੰਜਾਬੀ ਪੜ੍ਹਾਈਏ, ਜ਼ੋਰ ਪਾ ਕੇ ਵੀ ਪੜ੍ਹਾਈਏ, ਅਤੇ ਜੇ ਇਹਦੇ ਸਮਰੱਥ ਨਹੀਂ ਹੁੰਦੀ ਤਾਂ ਬੱਚਿਆਂ ਨੂੰ ਪੰਜਾਬੀ ਕਿਉਂ ਪੜ੍ਹਾਈਏ? ਜਿਹੜਾ ਇਹਦਾ ਕਾਰਨ ਇਹ ਆ ਕਿ ਸਿੱਖਿਆ ਪ੍ਰਸ਼ਾਸਨ ਨਿਆਂ 'ਚ ਇਹ ਲਾਗੂ ਨਹੀਂ ਹੋਈ, ਅਤੇ ਜਦੋਂ ਵੀ ਸਾਡੇ ਸਰਕਾਰੇ ਦਰਬਾਰੇ ਵੱਡੇ ਅਧਿਕਾਰੀਆਂ ਨਾਲ ਇਸ ਸੰਬੰਧ 'ਚ ਗੱਲ ਹੁੰਦੀ ਹੈ ਜਾਂ ਸਾਡੇ ਬਹੁਤ ਸਾਰੇ ਇੰਟਲੈਕਚੁਅਲ ਵੀ ਆ, ਉਹ ਕਹਿੰਦੇ ਆ ਜੀ ਜੇ ਜਦੋਂ ਤੱਕ ਪੰਜਾਬੀ ਰੁਜ਼ਗਾਰ ਨਾਲ ਨਹੀਂ ਜੁੜਦੀ ਇਹ ਇਹਨਾਂ ਨੇ ਨਹੀਂ, ਲੋਕਾਂ ਨੇ ਨਹੀਂ ਬਣਨੀ। ਢਾਹਾਂ ਸਾਹਿਤ ਅਕੈਡਮੀ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ 'ਚ ਸਾਹਿਤਕਾਰਾਂ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਸਾਹਿਤਕਾਰਾਂ ਨੇ ਪੰਜਾਬੀ ਦਾ ਝੰਡਾ ਬੁਲੰਦ ਕੀਤਾ ਹੋਇਆ ਹੈ। ਅਸੀਂ ਥੋੜ੍ਹੀਆਂ ਜਿਹੜੀਆਂ ਅਦਲਾ ਬਦਲੀਆਂ ਕੀਤੀਆਂ, ਇੰਪਰੂਵਮੈਂਟਸ ਕੀਤੀਆਂ। ਸੋ ਇੱਕ ਗੱਲ ਅੱਜ ਦੀ ਅਸੀਂ ਚਾਹੁੰਦੇ ਸੀਗੇ ਕਿ ਵਿਚਾਰ ਵਟਾਂਦਰੇ ਦੇ ਵਿੱਚ ਕਿ ਜੇ ਕੋਈ ਸੁਝਾਅ ਹੋਰ ਹੈਗੇ ਆ ਤੁਹਾਡੇ ਵੱਲੋਂ ਵਿਦਵਾਨਾਂ ਨੂੰ ਕਿ ਅਸੀਂ ਹੋਰ ਕਿੱਦਾਂ ਇਸ ਪ੍ਰਾਈਜ਼ ਨੂੰ ਇੰਪਰੂਵ ਕਰ ਸਕਦੇ ਹਾਂ, ਉਹ ਅਸੀਂ ਸੁਣਨ ਲਈ ਰੈਡੀ ਹਾਂ। ਸਦਾ ਸਾਡਾ ਮਨ ਦਿਲ ਖੁੱਲ੍ਹਾ, ਕਿਉਂਕਿ ਇਹ ਪ੍ਰਾਈਜ਼ ਜਿਹੜੀ ਆ ਨਾਂ ਦਾ ਇਹ ਮੇਰੀ ਆ, ਮੇਰੇ ਨਾਂ 'ਤੇ ਨਹੀਂ, ਮੇਰੇ ਬਾਪ ਦੇ ਨਾਂ 'ਤੇ ਨਹੀਂ, ਮੇਰੀ ਮਾਂ ਦੇ ਨਾਂ 'ਤੇ ਨਹੀਂ, ਇੱਕ ਛੋਟੇ ਜਿਹੇ ਪਿੰਡ ਦੇ ਨਾਂ 'ਤੇ ਆ। ਇਹਦੇ ਵਿੱਚੋਂ ਮੈਨੂੰ ਕੋਈ ਨਹੀਂ ਲੱਭਦਾ, ਭਾਵੇਂ ਲੋਕ ਕਹਿੰਦੇ ਤੈਨੂੰ ਮਿਲਦਾ ਕੀ ਆ, ਮੈਂ ਇਹਨਾਂ ਦੱਸ ਦਿੰਦਾ ਕਿ ਸਾਡਾ $2,250 ਹਰੇਕ ਸਾਲ ਲੱਗਦਾ, ਕਿਉਂਕਿ ਪ੍ਰਾਈਜ਼ ਵੀ ਅਸੀਂ ਦਿੰਦੇ ਹਾਂ, ਜਰਸ ਨੂੰ ਆਨਰੇਰੀਅਮਸ ਵੀ ਦਿੰਦੇ ਹਾਂ, ਜਿਹੜੇ ਲਿਖਾਰੀ ਕੈਨੇਡਾ ਆਉਂਦੇ ਪ੍ਰਾਈਜ਼ ਲੈਣੇ ਵਾਸਤੇ
ਉਹਨਾਂ ਦਾ ਆਉਣ ਜਾਣ ਦਾ ਖਰਚ, ਰਿਹਾਇਸ਼ ਦਾ ਖਰਚ, ਸਾਡੀ ਵੈਬਸਾਈਟ 'ਤੇ, ਸੋ ਇਹ ਖਰਚ ਵੀ ਲੱਗਦੇ ਆ। ਅੰਤ ਵਿੱਚ ਉੱਘੇ ਕਹਾਣੀਕਾਰ ਡਾਕਟਰ ਵਰਿਆਮ ਸਿੰਘ ਸੰਧੂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਹੋਰ ਉੱਚਾ ਚੁੱਕਣ ਦੇ ਸੁਝਾਅ ਦਿੱਤੇ। ਪੰਜਾਬੀ ਜ਼ਬਾਨ ਦਾ ਇਹਨਾਂ ਨੇ ਇਤਿਹਾਸਿਕ ਪਰਿਪੇਖ ਸਿਰਜਦਿਆਂ ਉਹ ਗੱਲ ਕੀਤੀ ਸੀ ਡਾਕਟਰ ਲੈਟਨਰ ਦੀ, ਜਿਹਨੇ ਇਹ ਦੱਸਿਆ ਸੀਗਾ ਕਿ ਕਿਵੇਂ ਪੰਜਾਬੀ ਜ਼ਬਾਨ ਨੂੰ ਅੰਗਰੇਜ਼ਾਂ ਨੇ ਤਹਿਸ਼ ਨਹਿਸ਼ ਕੀਤਾ, ਕਿਵੇਂ ਅੰਗਰੇਜ਼ਾਂ ਦਾ ਰਾਜ ਹੁੰਦਿਆਂ ਹੀ ਘਰਾਂ ਦੇ ਵਿੱਚੋਂ, ਪੁਸਤਕਾਲਿਆਂ ਦੇ ਵਿੱਚੋਂ ਪੰਜਾਬੀ ਦੀਆਂ ਜਿਹੜੀਆਂ ਕਿਤਾਬਾਂ ਸਨ, ਪੰਜਾਬੀ ਦੇ ਕਾਇਦਾ ਨੂਰ ਜਿਹੜੇ ਇਹਨਾਂ ਨੇ ਕਿਹਾ ਸੀ, ਉਹ ਜਿੱਦਾਂ ਫੀਮ ਅਤੇ ਹੈਰੋਇਨ ਫੜਨ ਦੇ ਵਾਸਤੇ ਛਾਪੇ ਵੱਜਦੇ ਆ ਨਾ, ਅੰਗਰੇਜ਼ਾਂ ਨੇ ਇਸ ਤਰ੍ਹਾਂ ਛਾਪੇ ਮਾਰ ਮਾਰ ਕੇ ਘਰਾਂ ਦੇ ਵਿੱਚੋਂ ਕਿਤਾਬਾਂ ਫੜੀਆਂ ਔਰ ਉਹਨਾਂ ਦੀਆਂ ਥਾਣਿਆਂ 'ਚ ਲਿਜਾ ਕੇ ਹੋਲੀਆਂ ਬਾਲੀਆਂ, ਸਾੜੀਆਂ ਗਈਆਂ ਕਿਤਾਬਾਂ, ਤਾਂ ਕਿ ਇਹਨਾਂ ਦੇ ਕੋਲੋਂ ਇਹਨਾਂ ਦਾ ਸਾਰਾ ਵਿਰਸਾ, ਸਾਰੀ ਵਿਰਾਸਤ ਜਿਹੜੀ ਆ ਉਹ ਖੋਹ ਕੇ ਅਤੇ ਉਹਨੂੰ ਲੂਹ ਦਿੱਤਾ ਜਾਵੇ। ਮੈਂ ਇਹ ਕਹਿਣਾ ਵੀ ਕਮਿਟਮੈਂਟ ਦੇ ਨਾਲ ਜਿਵੇਂ ਢਾਹਾਂ ਸਾਹਿਬ ਲੱਗੇ ਹੋਏ ਨੇ, ਉਹ ਵੈਸੇ ਤਾਂ ਜਿਵੇਂ ਕੋਈ ਕੁਝ ਅਲੋਕਾਰ ਗੱਲਾਂ ਕਰ ਰਹੇ, ਜਿਵੇਂ ਇਹਨਾਂ ਨੂੰ ਸਾਡੀ ਗੱਲ ਸਮਝਣੀ ਪੈਂਦੀ ਵੀ ਇੱਥੇ ਇਨਾਮ ਫਸਟ, ਸੈਕਿੰਡ, ਥਰਡ ਦੀ ਮਿੱਥਦੇ ਆ, ਫਾਈਨਲਿਸਟ ਵਗੈਰਾ ਦੀ ਲਿਸਟ ਨੂੰ ਕੋਈ ਨਹੀਂ ਗਾ ਮੰਨਦਾ। ਇੱਥੇ ਇਹ ਜਿਹੜੀ ਹੁਣ ਕਹਿੰਦੇ ਵੀ ਕ੍ਰੀਏਟਿਵ ਲਿਖਤ ਜਿਹੜੀ ਆ ਕਿ ਨਹੀਂ, ਉਹ ਕਿਵੇਂ ਸਿਰਜੀ ਜਾਵੇ, ਇਹ ਡਿਪਾਰਟਮੈਂਟ ਵੀ ਖੋਲ੍ਹਣ ਵਾਸਤੇ ਯਤਨ ਕਰਨਾ ਚਾਹੁੰਦੇ ਨੇ। ਅਤੇ ਮੈਂ ਹੱਸਦਾ ਹੋਇਆ ਕਹਿ ਰਿਹਾ ਸੀ ਵੀ ਪੰਜਾਬੀ ਵਾਲੇ ਕਹਿੰਦੇ ਵੀ ਲਿਖਣਾ ਨਹੀਂ ਕਿਸੇ ਨੂੰ ਸਿਖਾਇਆ ਜਾ ਸਕਦਾ ਜੀ, ਇਹ ਲਿਖਣਾ ਤਾਂ ਜਾਂ ਤਾਂ ਸ਼ਾਇਰ ਤਾਂ ਕਿਤੇ ਆਮਦ ਹੁੰਦੀ ਆ, ਠੀਕ ਆ ਨਾ, ਤਾਂ ਇਹ ਕਿਸੇ ਨੂੰ ਸਿਖਾਇਆ ਨਹੀਂ ਜਾ ਸਕਦਾ। ਪਰ ਹਕੀਕਤ ਇਹ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਲਿਖਣਾ ਸਿਖਾਇਆ ਵੀ ਜਾਂਦਾ ਅਤੇ ਲਿਖਣਾ ਸਿੱਖ ਵੀ ਲੈਂਦੇ ਨੇ, ਔਰ ਉਹਨਾਂ ਨੇ ਸ਼ਾਇਦ ਤੁਹਾਨੂੰ ਦੱਸਿਆ ਕਿ ਜਿਹੜਾ ਐਤਕੀ ਉਹ ਜਿਹੜਾ ਵੱਡਾ ਇਨਾਮ ਕੋਈ ਜਿਹੜਾ ਉਹਨਾਂ ਨੇ ਲਿਆ ਸੀਗਾ, ਉਹ ਕ੍ਰੀਏਟਿਵ ਰਾਈਟਰ ਡਿਪਾਰਟਮੈਂਟ ਦੇ ਮੁਖੀ ਨੂੰ ਮਿਲਿਆ, ਉੱਥੇ ਮਿਲਿਆ। ਇਹਦਾ ਮਤਲਬ ਆ ਕਿ ਲਿਖਣ ਦੀ ਜਾਂਚ ਸਿੱਖਣੀ ਵੀ ਚਾਹੀਦੀ ਹੈ ਅਤੇ ਘੱਟੋ ਘੱਟ ਜਿਹੜੇ ਮੁਫਤ ਕਿਤਾਬਾਂ ਵੰਡਦੇ ਆ ਉਹਨਾਂ ਨੂੰ ਜ਼ਰੂਰ ਇਸ ਤਰ੍ਹਾਂ ਦਾ ਕੋਰਸ ਕਰਵਾਉਣਾ ਵੀ ਚਾਹੀਦਾ, ਇਹਦੀ ਬਹੁਤ ਜ਼ਰੂਰਤ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਢਾਹਾਂ ਸਾਹਿਬ ਦਾ ਅਤੇ ਸਾਰੇ ਪ੍ਰਬੰਧਕ ਅਤੇ ਮੈਂ ਆਪ ਹੀ ਹਾਂ ਸੱਚ, ਲਖਵਿੰਦਰ ਚੌਲ ਦਾ ਅਤੇ ਅਮਰਿੰਦਰ ਚੌਲ ਦਾ ਅਤੇ ਅਟਵਾਲ ਹੋਣਾ ਦਾ ਧੰਨਵਾਦ ਕਰਦਾ।